Hello student, in this video we are doing the topic database recovery techniques. So what is recovery? Database is a centralized facility. It is assessed by different users. Number of users jede hage kise bhi database nu assess karde hai, is karke inde vich number of failures aa sakde hai. ਜਿਹੜੇ ਫੇਲੀਅਰਸ ਹੈ ਇਹਦੇ ਨਾਲ ਕੀ ਹੈ, ਡਾਟਾਬੇਸ ਦਾ ਜਿਹੜਾ ਕੰਟੈਂਟ ਹੈ ਉਹ ਡਿਸਟਰੋਏ ਹੋ ਜਾਂਦਾ ਹੈ, ਇਸ ਕਰਕੇ ਆਪਾਂ ਨੂੰ ਇਹਨੂੰ ਰੀਸਟੋਰ ਕਰਨਾ ਪੈਂਦਾ ਹੈ। ਤਾਂ ਇਹਨੂੰ ਰੀਸਟੋਰ ਕਰਨ ਲਈ ਆਪਾਂ ਬਹੁਤ ਸਾਰੀਆਂ ਰਿਕਵਰੀ ਟੈਕਨੀਕਸ ਯੂਜ਼ ਕਰਦੇ ਹਾਂ। ਤਾਂ ਜਿਹੜੀ ਰਿਕਵਰੀ ਹੈ ਇਹ ਆਪਣੇ ਡਾਟਾਬੇਸ ਨੂੰ ਜਿਹੜਾ ਡਾਟਾ ਲੋਸ ਹੋ ਜਾਂਦਾ ਜਾਂ ਇਨਕਨਸਿਸਟੈਂਸੀਜ਼ ਆ ਜਾਂਦੀਆਂ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਹੁੰਦਾ ਹੈ। ਨੰਬਰ ਆਫ ਫੇਲੀਅਰਸ ਜਿਹੜੇ ਤੁਹਾਡੇ ਡਾਟਾਬੇਸ ਦੇ ਵਿੱਚ ਆਉਂਦੇ ਆ, ਕੁਝ ਫੇਲੀਅਰਸ ਜਿਹੜੇ ਹੈਗੇ ਨੰਬਰ ਆਫ ਫੇਲੀਅਰਸ ਜਿਵੇਂ ਆਪਾਂ ਲਿਖਿਆ, ਟਾਈਪਸ ਆਫ ਫੇਲੀਅਰਸ, ਸਿਸਟਮ ਕਰੈਸ਼, ਸਿਸਟਮ ਐਰਰ, ਡਿਸਕ ਫੇਲੀਅਰ, ਲੋਜੀਕਲ ਫੇਲੀਅਰਸ, ਨੈਚੁਰਲ ਐਂਡ ਫਿਜ਼ੀਕਲ ਡਿਜ਼ਾਸਟਰ। ਸਿਸਟਮ ਕਰੈਸ਼ ਕੀ ਹੁੰਦਾ, ਕਿ ਤੁਹਾਡੇ ਸਿਸਟਮ ਦਾ ਹਾਰਡਵੇਅਰ ਕਰੈਸ਼ ਹੋ ਗਿਆ ਜਾਂ ਸੋਫਟਵੇਅਰ ਕਰੈਸ਼ ਹੋ ਗਿਆ ਜਾਂ ਨੈਟਵਰਕ ਐਰਰਸ ਆ ਗਏ, ਤਾਂ ਆਪਾਂ ਉਹਨੂੰ ਸਿਸਟਮ ਕਰੈਸ਼ ਕਹਿ ਦਿੰਦੇ ਹਾਂ। ਸਿਸਟਮ ਐਰਰਸ ਜਿਵੇਂ ਕਿ ਡਿਵਾਈਡ ਬਾਏ ਜ਼ੀਰੋ ਕਰਤਾ ਤੁਸੀਂ ਜਾਂ ਇੰਟੀਜਰ ਓਵਰਫਲੋ ਹੋ ਗਿਆ, ਇਹ ਤੁਹਾਡੇ ਸਿਸਟਮ ਐਰਰਸ ਹੈ। ਡਿਸਕ ਫੇਲੀਅਰ ਦੇ ਵਿੱਚ ਕੀ ਆ ਜਾਂਦਾ, ਕਿ ਜਿਹੜੀ ਤੁਹਾਡੀ ਡਿਸਕ ਹੈ ਜਾਂ ਰੀਡ ਰਾਈਟ ਹੈਡ ਕਰੈਸ਼ ਹੋ ਗਿਆ ਜਾਂ ਪਾਵਰ ਡਿਸਟਰਪਸ਼ਨ ਹੋ ਗਈ ਜਾਂ ਫਿਰ ਐਰਰਸ ਆ ਗਏ ਡਾਟਾ ਫਾਈਲ ਟ੍ਰਾਂਸਫਰ ਓਪਰੇਸ਼ਨ ਦੇ ਵਿੱਚ। ਲੋਜੀਕਲ ਐਰਰਸ, ਲੋਜੀਕਲ ਫੇਲੀਅਰਸ ਕੀ ਹੁੰਦੇ ਆ, ਕਿ ਤੁਸੀਂ ਤੁਹਾਡੇ ਲੋਜੀਕਲ ਤੁਹਾਡੇ ਐਰਰਸ ਆ ਗਏ, ਜਿਵੇਂ ਕਿ ਕੋਈ ਟ੍ਰਾਂਜੈਕਸ਼ਨ ਫੇਲ ਹੋ ਗਈ, ਕੋਈ ਟ੍ਰਾਂਜੈਕਸ਼ਨ ਜਿਹੜੀ ਕਰਨੀ ਸੀ ਉਹ ਨਹੀਂ ਮਿਲੀ ਕੰਪਿਊਟਰ ਨੂੰ, ਬੈਡ ਇਨਪੁੱਟ ਹੋ ਗਈ ਜਾਂ ਰਿਸੋਰਸ ਲਿਮਿਟ ਐਕਸੀਡ ਹੋ ਗਈ, ਤਾਂ ਇਹ ਲੋਜੀਕਲ ਐਰਰਸ ਹੋ ਜਾਂਦੇ ਆ। ਇਸ ਤੋਂ ਇਲਾਵਾ ਨੈਚੁਰਲ ਐਂਡ ਫਿਜ਼ੀਕਲ ਡਿਜ਼ਾਸਟਰਸ ਜਿਵੇਂ ਕਿ ਫਲੱਡਸ ਆ ਗਏ, ਥੈਫਟ, ਫਾਇਰ, ਅਰਥਕੁਐਕ, ਪਾਵਰ ਫੇਲੀਅਰਸ, ਇਹ ਸਾਰੇ ਤੁਹਾਡੇ ਆਉਂਦੇ ਆ ਨੈਚੁਰਲ ਅਤੇ ਫਿਜ਼ੀਕਲ ਡਿਜ਼ਾਸਟਰ। ਹੁਣ ਰਿਕਵਰੀ ਨੂੰ ਸਮਝਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਚ ਹੋਣਾ ਚਾਹੀਦਾ ਕਿ ਸਿਸਟਮ ਲੌਕ ਕੀ ਹੁੰਦਾ। ਸਿਸਟਮ ਲੌਕ ਕੀ ਹੈ? ਸਿਸਟਮ ਲੌਕ ਜਸਟ ਇੱਕ ਫਾਈਲ ਹੈ, ਸਿੰਪਲ ਫਾਈਲ ਜਿਹਦੇ ਵਿੱਚ ਆਪਾਂ ਡਾਟਾਬੇਸ ਦੀਆਂ ਟ੍ਰਾਂਜੈਕਸ਼ਨ ਸਟੋਰ ਕਰਦੇ ਹਾਂ। ਤਾਂ ਇਹਨੂੰ ਆਪਾਂ ਸਪੈਸ਼ਲ ਫਾਈਲ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਸਿਸਟਮ ਲੌਗ ਵੀ ਕਹਿ ਦਿੰਦੇ ਹਾਂ ਜਾਂ ਫਿਰ ਆਪਾਂ ਲੌਗ ਕਹਿ ਦਿੰਦੇ ਹਾਂ, ਜਿਹਦੇ ਵਿੱਚ ਜਿੰਨੇ ਵੀ ਅਪਡੇਟਸ ਹੁੰਦੇ ਡਾਟਾਬੇਸ ਦੇ ਉਹ ਸਾਰੇ ਸਟੋਰ ਹੁੰਦੇ ਆ। ਉਸ ਤੋਂ ਬਾਅਦ ਹੈ ਕਮਿਟ ਪੁਆਇੰਟ। ਕਮਿਟ ਪੁਆਇੰਟ ਦਾ ਕੀ ਮੀਨਿੰਗ ਹੈ? ਕਮਿਟ ਪੁਆਇੰਟ ਦਾ ਮਤਲਬ ਕੀ ਹੈ, ਕਿ ਜਿਹੜੀ ਵੀ ਕੋਈ ਵੀ ਟ੍ਰਾਂਜੈਕਸ਼ਨ ਕਿੱਥੇ ਐਂਡ ਹੋ ਰਹੀ ਹੈ, ਹਰੇਕ ਟ੍ਰਾਂਜੈਕਸ਼ਨ ਦਾ ਇੱਕ ਨਾ ਇੱਕ ਕਮਿਟ ਪੁਆਇੰਟ ਹੁੰਦਾ। ਕਮਿਟ ਪੁਆਇੰਟ ਇਜ਼ ਅ ਪੁਆਇੰਟ ਐਟ ਵਿੱਚ ਇਟ ਇਜ਼ ਫਿਨਿਸ਼ਡ ਦੈਟ ਆਲ ਆਫ ਦਾ ਡਾਟਾਬੇਸ ਮੋਡੀਫਿਕੇਸ਼ਨ ਆਰ ਮੇਡ ਆ ਪਰਮਾਨੈਂਟ। ਜਦੋਂ ਆਪਾਂ ਕਮਿਟ ਕਰਤਾ ਉਸ ਤੋਂ ਬਾਅਦ ਹੀ ਪਰਮਾਨੈਂਟ ਸਟੋਰ ਹੋਣੀ ਹੈ ਡਾਟਾਬੇਸ 'ਤੇ, ਅਦਰਵਾਈਜ਼ ਉਹ ਸਟੋਰ ਨਹੀਂ ਹੁੰਦੀਆਂ ਡਿਸਕ ਦੇ ਉੱਪਰ। ਦੈਨ ਜਿਹੜੀਆਂ ਮੇਨ ਦੋ ਤੁਹਾਡੀਆਂ ਅਪਡੇਟ ਸਟਰੈਟਜੀਜ਼ ਹੈ, ਬੇਸਿਕ ਅਪਡੇਟ ਸਟਰੈਟਜੀਜ਼, ਡੈਫਰਡ ਅਪਡੇਟ ਅਤੇ ਇਮੀਡੀਏਟ। ਜੀ ਆ ਤੁਹਾਡਾ ਡਾਟਾਬੇਸ ਹੈ, ਉਹਦੇ ਵਿੱਚ ਦੋ ਵੈਲਿਊਜ਼ ਨੇ, ਏ ਇਕੁਅਲ ਟੂ 100 ਐਂਡ ਬੀ ਇਕੁਅਲ ਟੂ 200। ਆਰ ਏ ਦੇ ਵਿੱਚ ਆਪਣੀ 100 ਦੀ ਵੈਲਿਊ ਹੈ, ਏ ਇਕੁਅਲ ਟੂ ਏ ਪਲੱਸ 100 ਕੀਤਾ ਆਪਾਂ। ਜਦੋਂ ਆਪਾਂ ਏ ਪਲੱਸ 100 ਕਰਾਂਗੇ ਤਾਂ ਇੱਥੇ 200 ਆਜੂਗੀ ਵੈਲਿਊ, ਮੀਨਸ ਕਿ ਡਬਲਿਊ ਏ ਜਦੋਂ ਤੁਸੀਂ ਲਿਖਿਆ ਰਾਈਟ ਏ ਤਾਂ ਇੱਥੇ 200 ਵੈਲਿਊ ਜਿਹੜੀ ਹੈ ਸਟੋਰ ਹੋਊਗੀ। ਫਿਰ ਆਪਾਂ ਲਿਖਿਆ ਆਰ ਬੀ, ਰੀਡ ਬੀ, ਰੀਡ ਬੀ ਕੀਤਾ ਤਾਂ ਇਟ ਮੀਨਸ ਆਪਾਂ 200 ਰੀਡ ਕਰ ਰਹੇ ਹਾਂ। ਉਸ ਤੋਂ ਬਾਅਦ ਆਪਾਂ ਲਿਖਿਆ ਬੀ ਇਕੁਅਲ ਟੂ ਬੀ ਪਲੱਸ 200, ਮੀਨਸ ਕਿ ਬੀ ਦੇ ਵਿੱਚ ਆਪਾਂ 200 ਐਡ ਕਰ ਰਹੇ ਹਾਂ, ਇਹਦਾ ਮਤਲਬ ਬੀ ਦੀ ਵੈਲਿਊ ਤੁਹਾਡੀ ਜਿਹੜੀ ਹੈਗੀ ਹੈ ਰਾਈਟ ਬੀ ਤੁਸੀਂ ਲਿਖੋਗੇ ਅਤੇ 400। ਹੁਣ ਦੇਖੋ ਧਿਆਨ ਨਾਲ, ਇਸ ਸਾਰੀ ਟ੍ਰਾਂਜੈਕਸ਼ਨ ਦੇ ਵਿੱਚ ਐਂਡ ਦੇ ਵਿੱਚ ਲਿਖਿਆ ਕਮਿਟ। ਕਮਿਟ ਦਾ ਮਤਲਬ ਕੀ ਹੈ, ਕਿ ਤੁਹਾਡੀ ਜਿਹੜੀ ਹੈਗੀ ਹੈ ਇਸ ਜਿਹੜੀ ਟ੍ਰਾਂਜੈਕਸ਼ਨ ਹੈ ਫਿਨਿਸ਼ ਹੋ ਗਈ। ਅਗਰ ਤੁਸੀਂ ਕਮਿਟ ਕਰੋਗੇ ਤਦ ਹੀ ਤੁਹਾਡੀਆਂ ਵੈਲਿਊਜ਼ ਅਪਡੇਟ ਹੋਣਗੀਆਂ, ਏ ਦੀ ਵੈਲਿਊ 100 ਹੈ ਉਹ 200 ਹੋ ਜੂਗੀ ਔਰ ਬੀ ਦੀ ਵੈਲਿਊ 200 ਤੋਂ 400 ਹੋ ਜੂਗੀ। ਅਗਰ ਤੁਸੀਂ ਕਮਿਟ ਨਹੀਂ ਕਰਦੇ ਤਾਂ ਤੁਹਾਡੀ ਕੋਈ ਵੀ ਟ੍ਰਾਂਜੈਕਸ਼ਨ ਸੇਵ ਨਹੀਂ ਹੋਊਗੀ। ਹੁਣ ਜਿਹੜੀ ਜੋ ਵੀ ਮੈਂ ਇੱਥੇ ਆਰ ਏ 100 ਜਾਂ ਏ ਇਕੁਅਲ ਟੂ ਏ ਪਲੱਸ 100 ਜਿਹੜੀ ਟ੍ਰਾਂਜੈਕਸ਼ਨ ਆ ਸਾਰੀ ਲਿਖੀ ਹੈ, ਉਹਨੂੰ ਮੈਂ ਟ੍ਰਾਂਜੈਕਸ਼ਨ ਦੀ ਫੋਰਮ ਦੇ ਵਿੱਚ ਅੱਗੇ ਲਿਖਿਆ T1 ਸਟਾਰਟ, ਮੀਨਸ ਕਿ ਤੁਹਾਡੀ ਫਸਟ ਟ੍ਰਾਂਜੈਕਸ਼ਨ ਸਟਾਰਟ ਹੋ ਗਈ। T1 ਏ 200, ਦੇਖੋ ਹੁਣ ਇੱਥੇ ਨਿਊ ਲਿਖਿਆ ਮੈਂ ਬ੍ਰੈਕਟ ਵਿੱਚ, ਮੀਨਸ ਤੁਹਾਡੀ ਏ ਦੀ ਵੈਲਿਊ 100 ਸੀ ਪਰ ਇੱਥੇ 200 ਆ ਰਿਹਾ। ਕਿਉਂ? ਕਿਉਂਕਿ ਲੌਗ ਦੇ ਵਿੱਚ ਇਹ ਲੌਗ ਹੈ ਤੁਹਾਡਾ ਔਰ ਲੌਗ ਦੇ ਵਿੱਚ ਉਹੀ ਵੈਲਿਊ ਸਟੋਰ ਹੋਣੀ ਹੈ ਜੋ ਤੁਸੀਂ ਟ੍ਰਾਂਜੈਕਸ਼ਨ ਕਰ ਚੁੱਕੇ ਹੋ। ਤਾਂ ਹੁਣ ਤੁਸੀਂ ਏ ਇਕੁਅਲ ਟੂ ਏ ਪਲੱਸ 100 ਕਰ ਚੁੱਕੇ ਹੋ, ਤਾਂ ਇਸ ਕਰਕੇ ਲੌਗ ਦੇ ਵਿੱਚ ਕੀ ਸਟੋਰ ਹੋਊਗਾ? 200 ਸਟੋਰ ਹੋਊਗਾ। ਇਵੇਂ ਹੀ ਬੀ ਦੇ ਵਿੱਚ 400 ਸਟੋਰ ਹੋਊਗਾ। ਕਿਉਂ? ਕਿਉਂਕਿ ਤੁਸੀਂ ਬੀ ਨੂੰ ਬੀ ਪਲੱਸ 200 ਕਰ ਚੁੱਕੇ ਹਾਂ, ਤਾਂ ਨਿਊ ਵੈਲਿਊ ਤੁਹਾਡੀ ਇੱਥੇ ਲੌਗ ਦੇ ਵਿੱਚ ਸਟੋਰ ਹੋ ਗਈ।
हूँ टी वन तो बाद कमिट लिखता, यदा मतलब थोड़ी ट्रांजैक्शन फिनिश हो गई। हूँ ये लॉग बनाने का की परपज़ है? लॉग बनाने का मेन परपज़ ये है कि जो थोड़े ट्रांजैक्शन कोई जो थोड़ी हार्डवेयर फेलर या कोई फेलियर हो जाते हैं, सिस्टम फेल हो जाता है, तो सिस्टम ने की करना होंगे, रिकवरी करनी होंगी है। हुण रिकवरी करने लिए उन्हें डाटा कितों चकना है? लॉग दे विचों। तो आ जिहड़ा तुहाडा डाटा है, आ जिहड़ा तुहाडा लिखिया हुई स्टेटमेंट्स, ये सारा लॉग है। लॉग मीनस रिकॉर्ड मीनस हिस्टरी। तो उन्हें जो हिस्टरी चो चक्या, उन्हें देखा कि स्टार्ट भी हुई भी है ट्रांजैक्शन, तो कमिट भी हुई भी है। यदा मतलब ये अपडेट हुई भी हैं वैल्यू, मीनस कि 200 से 400 हुई भी है ए ते बी दी, तो उन्हें अपडेटेड वैल्यूज चकनी है। तो उन्हें डाटाबेस दे विच ए दी वैल्यू स्टोर कर देनी है 200 और बी दी वैल्यू स्टोर कर देनी है 400। तो आपां इस लॉग दे विचों आपां आपदे डाटाबेस नूं रिकवर कर सकते हैं। हुण यही सेम एग्जाम्पल देखो, मैं अगले स्टैप दे विच आपां यही सेम एग्जाम्पल लिख लईए। जिवें मैं लिखिया टी वन स्टार्ट, पहला स्टार्ट होगी पहली इंस्ट्रक्शन, फिर ए दी वैल्यू 200 न्यू होगी, बी दी वैल्यू 400 न्यू वैल्यू होगी। इत्थे आपां करता कमिट, मीनस कि वैल जी एक पहली ट्रांजैक्शन है थोड़ी स्टार्ट भी होगी और फिनिश भी होगी। तो आप इस चीज़ को कहोंगे रीडू। रीडू मीनस कि थोड़ी थोड़ी ट्रांजैक्शन हैगी है स्टार्ट हुई और फिनिश हुई, और जड़िया चेंजेस आप करनिया सी आप चेंजेस करती हैं, मीनस रीडू। अगली ट्रांजैक्शन देखो टी टू स्टार्ट हुई है, उस तो बाद टी टू दे विच वैल्यू 500 ये आप स्टोर करी है, पर इन्दे विच कमिट ऑप्शन नहीं हैगी, ये मतलब ये ट्रांजैक्शन फिनिश नहीं हुई। जो ट्रांजैक्शन नहीं फिनिश हुई तो उस तो बाद आपां कुछ करन दी लोड़ नहीं पैंदी, इहदा मतलब इहदे च कोई आपां अंडू नहीं कीता, जो जिवें सीगा उवें ही रह गया। इस करके इस जिहड़ा मैथड है इहनू आपां नो अंडू एंड रीडू मैथड भी कह दिंदे। इस कल्ला आपां रीडू करदे आं, अंडू करन दी आपां नूं कोई जरूरत नहीं रहिंदी। यही सारा कुछ देखो मैं अगे एक्सप्लेन भी किया हुआ, दीज टेक्निक्स डू नॉट फिजिकली अपडेट द डाटाबेस ऑन डिस्क अंटिल ए ट्रांजैक्शन रीचिज इट्स कमिट पॉइंट। जिन देर तक कमिट पॉइंट नहीं आता उन देर तक कोई भी ट्रांजैक्शन जी है डेटाबेस के अपडेट नहीं होगी। दीज टेक्निक्स नीड ओनली टू रीडू द कमिटड, ये सिर्फ रीडू होंगे नो अनडू। जिवें मैं तुम्हें दस दिता कि कोई भी फेलर हो जाए आपां नूं अनडू की कोई जरूरत नहीं पैंदी, सिर्फ आपां इहदे च की करना है रीडू करना है। जो कोई भी ट्रांजैक्शन रन होंगी है, जो भी चेंजेस होंगे, चेंजेस मेड बाय द ट्रांजैक्शन आर नॉट रिकॉर्डेड इन द डाटाबेस, डाटाबेस में उन्नी देर तक रिकॉर्ड नहीं होंगे जिन देर तक कमिट नहीं होगा। देखो ऑन ए कमिट, जो कमिट हो गया तो न्यू डाटा रिकॉर्ड हो जाएगा लॉग फाइल पर, और उस तो बाद लॉग फाइल तो कितने जाऊगा डिस्क के। न्यू डाटा इज दैन रिकॉर्डेड इन द डाटाबेस इट सैल्फ ऑन द अबॉट, जे आप विचे अबॉट कर दें मीनस कमिट नहीं हुई तो डू नथिंग, फिर कोई चेंजेस नहीं होगा। जो सिस्टम रीस्टार्ट होगा आफ्टर फेलियर सिर्फ रीडू होगा लॉग, कोई अनडू नहीं होगा। नैक्सट थोड़ा मैथड है इमीडिएट डाटाबेस मॉडिफिकेशन। जी इमीडिएट, इमीडिएट का मतलब नाल दी नाल, इन्दे विच अपना कमिट नू नहीं वेट करता सिस्टम। ये की है जे आर की वैल्यू देखो, सब तो पहला आर की वैल्यू 100 सी, उस तो बाद आप लिखा ए इक्वल टू ए प्लस 100। जदों ही ए प्लस 100 होया ए दी वैल्यू राइट की, आप ए दी राइट करन ते 200 बनती है, तो नाल दी नाल डाटाबेस दे विच ए दी वैल्यू 100 कट के 200 हो जानी है, उदे उपर ओवर राइट हो जाना। एवें जदों तुसी आर बी लिखिया ते बी दे विच बी प्लस 200 किया मीनस उदी वैल्यू 400 होगी। जदों ही तुसी राइट बी किया नाल दी नाल इहदे विच 400 जिहड़ी हैगी चेंज हो जानी वैल्यू। ये कमिट की वेट नहीं करता सिस्टम, क्योंकि ये इमीडिएट डाटाबेस मॉडिफिकेशन है। इमीडिएट मीनस जदों ही आप लिखी नाल दी नाल चेंज होगी वैल्यू, ये डिफरेंस है थोड़े डेफर्ड तो इमीडिएट के। और जिहड़ा इहदा लॉग है, इहदा लॉग ध्यान नाल देखो, उहदा लॉग सीगा उहदे सिर्फ आपां न्यू वैल्यू लिखते सी, जिहड़ा इहदा लॉग है इहदे विच आपां दोनों वैल्यूज लिखते हाँ कि ए दी वैल्यू पहला 100 सी ओल्ड वैल्यू, उस तो बाद ए दी वैल्यू न्यू होगी 200। इवें बी की वैल्यू पहला 200 जी ओल्ड सी, 400 अपनी न्यू होगी, तो उस बाद आप टी वन कमिट किया मीनस थोड़ी इतने ट्रांजैक्शन जी कंप्लीट होगी। हुण इस लॉग के दोनों वैल्यूज क्यों स्टोर ने ओल्ड ते न्यू, क्यों? क्योंकि यह इमीडिएट डाटाबेस मॉडिफिकेशन है। इमीडिएट ने की करना है ए ते बी की वैल्यूज नाल दी नाल चेंज कर दी, चाहे आप कमिट किया चाहे आप नहीं कमिट किया।
ਹੁਣ ਆਪਣੀ ਵੈਲਿਊ 100 to 200 ਤੋਂ ਚੇਂਜ ਹੋ ਕੇ 200 to 400 ਹੋ ਗਈ, ਆਪਾਂ ਨੂੰ ਕੀ ਪਤਾ ਚੱਲੂ ਪਹਿਲੀ ਵੈਲਿਊ ਕੀ ਸੀ। ਇਸ ਕਰਕੇ ਇਸ ਇਮੀਡੀਏਟ ਦੀ ਜਿਹੜੀ ਲੌਗ ਹੈ ਇਹਦੇ ਵਿੱਚ ਆਪਾਂ ਦੋਨੋਂ ਵੈਲਿਊਜ਼ ਲਿਖਦੇ ਹਾਂ, ਓਲਡ ਵੈਲਿਊ ਵੀ ਅਤੇ ਨਿਊ ਵੈਲਿਊ ਵੀ। ਹੁਣ ਜਿਹੜੀ ਅਗਲਾ ਦੇਖੋ ਮੈਂ ਐਗਜ਼ਾਮਪਲ ਲਈ ਹੈ, ਇਹਦੇ ਵਿੱਚ ਮੈਂ ਦੋਨੋਂ ਕਰਕੇ ਦਿਖਾਏ ਆ, ਅਨਡੂ ਅਤੇ ਰੀਡੂ। ਪਹਿਲੇ ਦੇ ਵਿੱਚ ਕੀ ਹੋਇਆ, ਆਪਣੀ ਕੋਲ 100 ਓਲਡ ਵੈਲਿਊ ਸੀ, 200 ਨਿਊ, ਬੀ ਦੀ 200 ਓਲਡ ਵੈਲਿਊ ਸੀ, 400 ਨਿਊ, ਤਾਂ T1 ਕਮਿਟ, ਮੀਨਸ ਕਿ ਇੱਥੇ ਤੁਹਾਡਾ ਸਾਰਾ ਟ੍ਰਾਂਜੈਕਸ਼ਨ ਫਿਨਿਸ਼ ਹੋ ਗਈ, ਸਟਾਰਟ ਹੋਈ, ਕਮਿਟ ਹੋਈ। ਤਾਂ ਇਹਨੂੰ ਆਪਾਂ ਕਿਹਾ ਰੀਡੂ, ਮੀਨਸ ਕਿ ਆਪਾਂ ਜੋ ਆਪਣੀ ਟ੍ਰਾਂਜੈਕਸ਼ਨ ਸੀ ਆਪਾਂ ਉਹਨੂੰ ਅਪਡੇਟ ਕੀਤਾ, ਰੀਡੂ ਹੋ ਗਿਆ। ਉਸ ਤੋਂ ਬਾਅਦ ਅਗਲੀ ਟ੍ਰਾਂਜੈਕਸ਼ਨ ਦੇ ਵਿੱਚ ਸਟਾਰਟ ਹੋਈ ਤੁਹਾਡੀ ਟ੍ਰਾਂਜੈਕਸ਼ਨ, ਸੀ ਦੀ ਜਿਹੜੀ ਵੈਲਿਊ ਸੀ 500 ਓਲਡ ਸੀ, 600 ਜਿਹੜੀ ਨਿਊ ਵੈਲਿਊ ਸੀ, ਪਰ ਇੱਥੇ ਟ੍ਰਾਂਜੈਕਸ਼ਨ ਫਿਨਿਸ਼ ਨਹੀਂ ਹੋਈ, ਕਮਿਟ ਨਹੀਂ ਹੋਈ, ਤਾਂ ਇੱਥੇ ਕੀ ਹੋਊਗਾ, ਅਨਡੂ ਵੀ ਨਾਲ ਅਪਲਾਈ ਹੋਊਗਾ। ਇਸ ਕਰਕੇ ਇਸ ਮੈਥਡ ਨੂੰ ਕਹਿੰਦੇ ਆ ਅਨਡੂ ਰੀਡੂ ਮੈਥਡ। ਹੁਣ ਇਹੀ ਚੀਜ਼ ਮੈਂ ਦੇਖੋ ਅੱਗੇ ਐਕਸਪਲੇਨ ਵੀ ਲਿਖੀ ਹੋਈ ਹੈ, ਐਕਸਪਲੇਨ ਕੀਤੀ ਹੋਈ ਹੈ। ਇਮੀਡੀਏਟ ਅਪਡੇਟ ਦੇ ਵਿੱਚ ਕੀ ਹੈ, ਦਾ ਡਾਟਾਬੇਸ ਮੇ ਨੋਟ ਬੀ ਅਪਡੇਟ ਬਾਏ ਸਮ ਓਪਰੇਸ਼ਨ ਆਫ ਟ੍ਰਾਂਜੈਕਸ਼ਨ ਬਿਫੋਰ ਦਾ ਟ੍ਰਾਂਜੈਕਸ਼ਨ ਰੀਚਿਜ਼ ਇਟਸ ਕਮਿਟ ਪੁਆਇੰਟ। ਇਹ ਚੀਜ਼ ਉਹੀ ਰਹਿਣੀ, ਸੇਮ ਹੀ ਰਹਿਣੀ ਹੈ, ਕਮਿਟ ਪੁਆਇੰਟ ਹੋਊਗਾ ਤਾਂ ਉਦੋਂ ਬਾਅਦ ਜਿਹੜੀ ਹੈ ਪੱਕੀ ਜਿਹੜੀ ਹੈਗੀ ਹੈ ਅਪਡੇਸ਼ਨ ਤਾਂ ਹੀ ਹੋਣੀ ਹੈ। ਅਪਡੇਟਸ ਆਰ ਰਿਕਾਰਡਡ ਇਨ ਦਾ ਲੌਗ ਮਸਟ ਕੰਟੇਨ ਦਾ ਓਲਡ ਵੈਲਿਊ, ਜਿਹੜਾ ਤੁਹਾਡਾ ਰਿਕਾਰਡ ਹੈ ਲੌਗ ਹੈ ਉਹਦੇ ਵਿੱਚ ਦੋਨੋਂ ਵੈਲਿਊਜ਼ ਹੋਣਗੀਆਂ, ਓਲਡ ਵੈਲਿਊ ਵੀ ਅਤੇ ਨਿਊ ਵੈਲਿਊ ਵੀ। ਦੀਜ਼ ਟੈਕਨੀਕਸ ਨੀਡ ਟੂ ਅਨਡੂ ਦਾ ਓਪਰੇਸ਼ਨਸ ਆਫ ਅਨਕਮਿਟਿਡ ਟ੍ਰਾਂਜੈਕਸ਼ਨ ਐਂਡ ਰੀਡੂ ਦਾ ਓਪਰੇਸ਼ਨਸ ਆਫ ਕਮਿਟਿਡ ਟ੍ਰਾਂਜੈਕਸ਼ਨ। ਜਿਹੜੀਆਂ ਅਨਕਮਿਟਿਡ ਹੈ ਮੀਨਸ ਕਮਿਟ ਨਹੀਂ ਹੋਈਆਂ ਉਹਨਾਂ ਨੂੰ ਇਹ ਅਨਡੂ ਕਰੂਗਾ, ਜਿਹੜੀਆਂ ਕਮਿਟ ਹੋ ਗਈਆਂ ਹੋਈਆਂ ਉਹਨਾਂ ਨੂੰ ਇਹ ਕੀ ਕਰੂਗਾ, ਰੀਡੂ ਕਰੂਗਾ। ਇਸ ਕਰਕੇ ਆਪਾਂ ਇਹਨੂੰ ਅਨਡੂ ਰੀਡੂ ਐਲਗੋਰਿਥਮ ਜਿਹੜਾ ਕਹਿ ਦਿੰਦੇ ਹਾਂ। ਜਦੋਂ ਵੀ ਇਹਦੇ 'ਚ ਟ੍ਰਾਂਜੈਕਸ਼ਨ ਰਨ ਹੁੰਦੀਆਂ ਤਾਂ ਚੇਂਜਿਸ ਜਿਹੜੀਆਂ ਵੀ ਚੇਂਜਿਸ ਮੇਡ ਬਾਏ ਟ੍ਰਾਂਜੈਕਸ਼ਨ ਕੈਨ ਬੀ ਰਿਟਨ ਟੂ ਡਾਟਾਬੇਸ, ਉਸੇ ਟਾਈਮ 'ਤੇ ਡਾਟਾਬੇਸ ਲਿਖੀਆਂ ਜਾਂਦੀਆਂ, ਓਰਿਜਨਲ ਅਤੇ ਨਿਊ ਵੈਲਿਊ ਦੋਨੋਂ ਲਿਖੀਆਂ ਜਾਂਦੀਆਂ। ਇਸ ਕਰਕੇ ਆਪਾਂ ਇਹਦੇ ਲੌਗ ਦੇ ਵਿੱਚ ਲਿਖਦੇ ਹਾਂ ਓਲਡ ਵੈਲਿਊ ਐਂਡ ਨਿਊ ਵੈਲਿਊ। ਜਦੋਂ ਕਮਿਟ ਕਰਤਾ ਤਾਂ ਸਾਰੇ ਅਪਡੇਟ ਜਿਹੜੇ ਰਿਕਾਰਡ ਹੋ ਜਾਂਦੇ ਆ, ਨਿਊ ਡਾਟਾ ਰਿਕਾਰਡ ਹੋ ਜਾਂਦਾ ਡਾਟਾਬੇਸ ਦੇ ਵਿੱਚ। ਉਹ ਜਦੋਂ ਆਪਾਂ ਉਹਨੂੰ ਅਬੋਰਡ ਕਰਤਾ, ਰੀਡੂ ਨੇ ਸਾਰੀਆਂ ਚੇਂਜਿਸ ਉਹਦੇ 'ਚ ਕਰ ਦੇਣੀਆਂ, ਅਤੇ ਜਦੋਂ ਸਿਸਟਮ ਆਪਾਂ ਸਟਾਰਟ ਕਰਾਂਗੇ ਫੇਲੀਅਰ ਤੋਂ ਬਾਅਦ, ਤਾਂ ਰੀਡਿਊ ਕਮਿਟ ਕਰੂਗਾ ਕਿ ਚੇਂਜਿਸ ਜਿਹੜੀਆਂ ਹੈਗੀਆਂ ਉਹਨੇ ਲੌਗ ਦੇ ਵਿੱਚ ਚੇਂਜਿਸ ਹੋਈਆਂ ਹੋਈਆਂ। ਆਪਾਂ ਨਿਊ ਵੈਲਿਊ ਵੀ ਲਿਖੀ ਹੈ ਉਹਦੇ ਵਿੱਚ ਅਤੇ ਓਲਡ ਵੈਲਿਊ ਵੀ ਲਿਖੀ ਹੈ। ਥਰਡ ਮੈਥਡ ਤੁਹਾਡਾ ਜਿਹੜਾ ਆ ਜਾਂਦਾ, ਇਹਨੂੰ ਆਪਾਂ ਕਹਿੰਦੇ ਹਾਂ ਸ਼ੈਡੋ ਪੇਜਿੰਗ। ਹੁਣ ਸ਼ੈਡੋ ਪੇਜਿੰਗ ਕੀ ਹੁੰਦੀ ਹੈ, ਸ਼ੈਡੋ ਉਹ ਜਿਹੜੇ ਦੋਨੋਂ ਪਹਿਲਾਂ ਮੈਥਡ ਕੀਤੇ ਉਹ ਸੀਗੇ ਤੁਹਾਡੇ ਲੌਗ ਬੇਸਡ ਮੈਥਡ, ਪਰ ਇਹ ਥੋੜ੍ਹਾ ਡਿਫਰੈਂਟ ਹੈ। ਸ਼ੈਡੋ ਪੇਜਿੰਗ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਿਹੜਾ ਹੈਗਾ ਡਾਟਾਬੇਸ ਉਹਨੂੰ ਆਪਾਂ ਕੀ ਕਰਦੇ ਹਾਂ, ਇੱਕ ਬਲੋਕਸ ਦੀ, ਇੱਕ ਪੇਜਿਸ ਦੀ ਫੋਰਮ ਦੇ ਵਿੱਚ ਉਹਨੂੰ ਬਣਾ ਲੈਂਦੇ ਹਾਂ ਰਿਕਵਰੀ ਪਰਪਸ ਲਈ। ਆਪਾਂ ਦੋ ਟੇਬਲਸ ਉਹਦੇ ਵਿੱਚ ਬਣਾਉਂਦੇ ਹਾਂ, ਇੱਕ ਕਰੰਟ ਪੇਜ ਟੇਬਲ ਹੋਊਗਾ, ਇੱਕ ਸ਼ੈਡੋ ਪੇਜ ਟੇਬਲ ਹੋਊਗਾ। ਕਿ ਟ੍ਰਾਂਜੈਕਸ਼ਨ ਜਦੋਂ ਇਹਦੇ 'ਚ ਹੁੰਦੀ ਹੈ, ਸਿਸਟਮ ਸਭ ਤੋਂ ਪਹਿਲਾਂ ਅਨਯੂਜ਼ਡ ਪੇਜ ਲੱਭਦਾ ਡਿਸਕ ਦੇ ਉੱਪਰ। ਡਾਇਗ੍ਰਾਮ ਦੇ ਵਿੱਚ ਆਪਾਂ ਦੇਖਿਆ ਵੀ ਅਨਯੂਜ਼ਡ ਪੇਜ ਜਿਹੜੇ ਦੇਖੇ ਆ, ਜਿਹੜੇ ਅਨਯੂਜ਼ਡ ਪੇਜ ਹੋਣਗੇ ਫਿਰ ਕਰੰਟ ਪੇਜ ਟੇਬਲ ਦੇ ਵਿੱਚ ਉਹਦੀ ਕਾਪੀ ਜਾਊਗੀ, ਐਂਡ ਐਨੀ ਅਪਡੇਸ਼ਨਸ ਪਰਫੋਰਮਡ ਔਨ ਦਿਸ ਕਾਪੀ ਸ਼ੈਡੋ ਪੇਜ ਟੇਬਲ ਕੰਟੀਨਿਊਸ ਟੂ ਪੁਆਇੰਟ ਦਾ ਓਲਡ ਅਨਚੇਂਜ ਕਾਪੀ। ਸ਼ੈਡੋ ਪੇਜ ਜਿਹੜਾ ਹੈਗਾ ਉਹਨੇ ਜਿਹੜੇ ਅਨਚੇਂਜ ਕਾਪੀ ਉਹਨੂੰ ਹੀ ਲੈ ਲੈਣਾ। ਜਦੋਂ ਤੁਹਾਡੀ ਟ੍ਰਾਂਜੈਕਸ਼ਨ ਕੰਪਲੀਟ ਹੋ ਗਈ ਸਕਸੈਸਫੁਲੀ, ਤਾਂ ਕਰੰਟ ਪੇਜ ਟੇਬਲ ਜਿਹੜਾ ਤੁਹਾਡਾ ਸ਼ੈਡੋ ਪੇਜ ਬਣ ਜਾਣਾ। ਜਿਹੜਾ ਪਹਿਲਾਂ ਕਰੰਟ ਸੀਗਾ ਮੀਨਸ ਕਿ ਆਪਾਂ ਉਹਦੇ ਵਿੱਚ ਵੈਲਿਊਜ਼ ਚੇਂਜ ਕੀਤੀਆਂ, ਉਹ ਤੁਹਾਡਾ ਸ਼ੈਡੋ ਪੇਜ ਬਣ ਜੂਗਾ। ਔਨ ਦਾ ਅਦਰ ਹੈਂਡ ਜੇ ਟ੍ਰਾਂਜੈਕਸ਼ਨ ਫੇਲ ਹੋ ਜਾਂਦੀ ਹੈ, ਜਿਹੜੇ ਨਵੇਂ ਪੇਜਿਸ ਆ ਉਹਨੂੰ ਆਪਾਂ ਡਿਸਕਾਰਡ ਕਰ ਦਾਂਗੇ, ਅਤੇ ਜਿਹੜਾ ਸ਼ੈਡੋ ਪੇਜ ਟੇਬਲ ਹੈਗਾ ਉਹੀ ਕਰੰਟ ਪੇਜ ਰਹੂਗਾ। ਦੇਖੋ ਆਪਾਂ ਦੁਬਾਰਾ ਦੇਖ ਲੈਂਦੇ ਡਾਇਗ੍ਰਾਮ ਦੇ ਵਿੱਚ, ਤੁਹਾਡਾ ਕਰੰਟ ਪੇਜ ਟੇਬਲ ਹੈ ਅਤੇ ਸ਼ੈਡੋ ਪੇਜ ਟੇਬਲ ਹੈ। ਜੇ ਆਪਣੀ ਟ੍ਰਾਂਜੈਕਸ਼ਨ ਫਿਨਿਸ਼ ਹੁੰਦੀ ਹੈ ਤਾਂ ਜਿਹੜਾ ਸ਼ੈਡੋ ਪੇਜ ਟੇਬਲ ਹੈ ਉਹ ਕਿਹੜਾ ਬਣ ਜੂਗਾ, ਜਿਹੜਾ ਕਰੰਟ ਪੇਜ ਟੇਬਲ ਸੀ। ਔਰ ਜੇ ਆਪਣੀ ਟ੍ਰਾਂਜੈਕਸ਼ਨ ਫੇਲ ਹੋ ਜਾਂਦੀ ਹੈ ਤਾਂ ਫਿਰ ਆਪਣੇ ਕੋਈ ਪੇਜਿਸ ਦੇ ਵਿੱਚ ਕੋਈ ਚੇਂਜਿਸ ਨਹੀਂ ਆਉਣਗੀਆਂ। ਐਡਵਾਂਟੇਜਸ ਕੀ ਹੈ ਇਸ ਮੈਥਡ ਦੀਆਂ, ਇਹਦੇ 'ਚ ਕੋਈ ਰੀਡੂ ਅਨਡੂ ਨਹੀਂ ਹੁੰਦਾ। ਡਿਸਐਡਵਾਂਟੇਜ ਕੀ ਹੈ, ਇਹਦੇ 'ਚ ਆਪਾਂ ਨੂੰ ਸ਼ੈਡੋ ਡਾਇਰੈਕਟਰੀ ਬਣਾਉਣੀ ਪੈਂਦੀ ਹੈ, ਉਹਦੇ 'ਤੇ ਬਹੁਤ ਟਾਈਮ ਲੱਗ ਜਾਂਦਾ। ਅਪਡੇਟਡ ਡਾਟਾਬੇਸ ਪੇਜਿਸ ਚੇਂਜਿਸ ਚੇਂਜ ਲੋਕੇਸ਼ਨਸ ਅਤੇ ਗਾਰਬੇਜ ਕਲੈਕਸ਼ਨ ਦੀ ਜ਼ਰੂਰਤ ਪੈਂਦੀ ਹੈ। ਥੈਂਕਸ।